ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਨਗਰ ਨਿਵਾਸੀ ਪਿੰਡ ਭਾਗੀਕੇ ਅਤੇ ਪਿੰਡ ਮੀਨੀਆਂ ਦੀ ਅਤੇ ਹੋਰ ਸਮੂਹ ਸੰਗਤ ਅੱਜ ਇਕੱਤਰ ਹੋ ਕੇ ਅਸੀਂ ਜੋ ਅਮੈਰੀਕਾ ਵਿਖੇ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਉਹਨਾਂ ਦਾ ਵਿਰੋਧ ਹੋ ਰਿਹਾ ਹੈ, ਜਿਸ ਤਰੀਕੇ ਨਾਲ ਉਹਨਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕੁਝ ਟਕਸਾਲੀਆਂ ਵੱਲੋਂ, ਜਿਨ੍ਹਾਂ ਵਿੱਚ ਇੱਕ ਜਸਵਿੰਦਰ ਨਿਹੰਗ ਨਾਮ ਦਾ ਵਿਅਕਤੀ ਹੈ, ਇੱਕ ਜਸਵਿੰਦਰ ਜੱਸੀ ਨਾਮ ਦਾ ਵਿਅਕਤੀ ਹੈ। ਇਹ ਲੋਕ ਅਮਰੀਕਾ ਦੇ ਵਿੱਚ ਭਾਈ ਸਾਹਿਬ ਦਾ ਵਿਰੋਧ ਕਰਕੇ ਸਿੱਖਾਂ ਦੀ ਹੋਂਦ ਨੂੰ ਮਰੀਆ ਪੇਟ ਕਰ ਰਹੇ ਹਨ। ਔਰ ਸਭ ਤੋਂ ਹੈਰਾਨਗੀ ਵਾਲੀ ਗੱਲ ਇਹਨਾਂ ਦੀ ਇਹ ਹੈ ਕਿ ਇਹ ਭਾਈ ਸਾਹਿਬ ਤੇ ਇਹਨਾਂ ਨੇ ਹਮਲਾ ਵੀ ਕੀਤਾ ਸਲਹੋਜੇ ਵਿਖੇ, ਉੱਥੇ ਵੀ ਵਿਰੋਧ ਕੀਤਾ, ਥਾਂ ਥਾਂ ਤੇ ਵਿਰੋਧ ਕਰ ਰਹੇ ਨੇ। ਇੱਕ ਪਾਸੇ ਇਹ ਪਹਿਲਾਂ ਇਹ ਫਤਿਹ ਬੁਲਾਉਂਦੇ ਨੇ, ਉਸ ਤੋਂ ਬਾਅਦ ਇਹ ਬੜੀਆਂ ਗੰਦੀਆਂ ਗਾਲਾਂ ਕੱਢਦੇ ਨੇ, 10-15 ਗਾਲਾਂ ਕੱਢ ਕੇ ਫਿਰ ਇਹ ਲੋਕ ਇਹ ਕਹਿੰਦੇ ਨੇ ਕਿ ਅਸੀਂ ਭਿੰਡਰਾਂ ਵਾਲੇ ਦੀ ਸੋਚ ਤੇ ਪਹਿਰਾ ਦਿਆਂਗੇ। ਹੁਣ ਸੋਚ ਕਰ ਰਹੇ ਨੇ ਇਹਨਾਂ ਲੋਕਾਂ ਦੀ ਜਿਹੜੀ ਗੁੰਡਾਗਰਦੀ ਹੈ, ਅਸੀਂ ਸਮੂਹ ਸੰਗਤ ਇਹਨਾਂ ਦੀ ਗੁੰਡਾਗਰਦੀ ਦਾ ਵਿਰੋਧ ਕਰਦੇ ਹਾਂ, ਇਹਨਾਂ ਨੂੰ ਬਾਹਰ ਆਉਣਾ ਚਾਹੀਦਾ ਹੈ ਤੇ ਸਾਰੀ ਸੰਗਤ ਨੂੰ, ਅਮੈਰੀਕਾ ਦੀ ਸਾਰੀ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਭਾਈ ਰਣਜੀਤ ਸਿੰਘ ਦਾ ਆਪਾਂ ਡਟ ਕੇ ਸਾਥ ਦੇਈਏ, ਇਹਨਾਂ ਦੇ ਨਾਲ ਆਪਣਾ ਲਿੰਕ ਤੋੜੀਏ, ਇਹਨਾਂ ਦੀ ਵਿਚਾਰਧਾਰਾ ਦੇ ਨਾਲ ਅਸੀਂ ਸਹਿਮਤ ਨਹੀਂ ਹਾਂ। ਹਰੇਕ ਵਿਅਕਤੀ ਨੂੰ ਆਪਣੀ ਵਿਚਾਰ ਰੱਖਣ ਦਾ ਹੱਕ ਹੈ, ਜੇ ਕੋਈ ਉਹਦੀ ਵਿਚਾਰ ਦੇ ਨਾਲ ਸਹਿਮਤ ਨਹੀਂ ਹੈ ਉਹ ਆਪਣੇ ਵਿਚਾਰ ਰੱਖ ਸਕਦਾ। ਜਿਵੇਂ ਭਾਈ ਸਾਹਿਬ ਕਹਿੰਦੇ ਤੁਸੀਂ ਬਰਾਬਰ ਦੇ ਦੀਵਾਨ ਲਾ ਕੇ ਆਪਣੀ ਵਿਚਾਰ ਰੱਖੋ ਤਾਂ ਜੋ ਸੰਗਤ, ਗੁਰੂ ਕੀ ਸੰਗਤ ਫੈਸਲਾ ਕਰ ਸਕੇ ਕੌਣ ਸਹੀ ਹੈ ਕੌਣ ਗਲਤ ਆ। ਕਿਸੇ ਵਿਅਕਤੀ ਨੂੰ ਇਹ ਹੱਕ ਨਹੀਂ ਕਿ ਕਿਸੇ ਦੀ ਵਿਚਾਰ ਨੂੰ ਬੰਦ ਕੀਤਾ ਜਾ ਸਕੇ, ਉਹਨੂੰ ਚੁੱਪ ਕਰਾਇਆ ਜਾ ਸਕੇ, ਆਪਣੇ ਵਿਚਾਰ ਰੱਖੇ ਜਾ ਸਕਦੇ ਹਨ। ਅਸੀਂ ਸਾਰੀ ਸੰਗਤ ਵੱਲੋਂ ਇਹਨਾਂ ਦਾ ਵਿਰੋਧ ਕਰਦੇ ਹਾਂ ਤੇ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਦਾ ਅਸੀਂ ਸਮਰਥਨ ਕਰਦੇ ਹਾਂ, ਉਹਨਾਂ ਦੇ ਨਾਲ ਹਾਂ, ਉਹਨਾਂ ਦੇ ਨਾਲ ਰਹਾਂਗੇ। ਇਹਦੀਆਂ ਵਿਚਾਰਾਂ ਕਰਦਾ ਮੈਂ ਕਿਵਾਂ ਦਾ ਜੱਜ ਹਾਂ। ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ।